ਪਿੰਡਾਂ 'ਚ ਛੱਪੜਾਂ ਨੂੰ ਚੰਗੀ ਦਿੱਖ ਦੇਣ ਲਈ ਸਰਕਾਰਾਂ ਗਰਾਂਟਾਂ ਤਾਂ ਜਾਰੀ ਕਰਦੀਆਂ ਨੇ, ਪਰ ਇਹਨਾਂ ਛੱਪੜਾਂ ਦੇ ਲਈ ਕਈ ਵਾਰੀ ਸਰਕਾਰੀ ਗਰਾਂਟਾਂ ਦੀ ਵਰਤੋਂ ਨਾ ਕਰਕੇ ਮੁਫ਼ਤ 'ਚ ਕੰਮ ਨੂੰ ਮੁਕੰਮਲ ਕਰਾਉਣ ਦਾ ਫੈਸਲਾ ਤਾਂ ਲੈ ਲਿਆ ਜਾਂਦਾ ਹੈ, ਜਿਸ ਦਾ ਖਮਿਆਜ਼ਾ ਆਮ ਅਤੇ ਭੋਲੇ ਭਾਲੇ ਲੋਕਾਂ ਨੂੰ ਭੁਗਤਣਾ ਪੈਂਦਾ। ਅਜਿਹਾ ਇੱਕ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਰੁਪਾਣਾ ਦਾ ਹੈ, ਜਿੱਥੇ ਸਰਕਾਰੀ ਪੈਸੇ ਨਾਲ ਬਣਾਈ ਜਾਣ ਵਾਲੀ ਝੀਲ ਸੋਤੀਆ ਪੇਪਰ ਮਿਲ ਦੇ ਵਾਧੂ ਮਲਬੇ ਨਾਲ ਹੀ ਬਣਾ ਦਿੱਤੀ ਗਈ, ਜਿਸ ਕਾਰਨ ਹੁਣ ਇਹ ਝੀਲ ਟੁੱਟਣੀ ਵੀ ਸ਼ੁਰੂ ਹੋ ਗਈ। ਇਸ ਸੰਬੰਧੀ ਲੋਕਾਂ 'ਚ ਵੀ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਜੀ। ਪਹਿਲਾਂ ਕਾਫੀ ਦੇਰ ਹੋ ਗਈ ਟੁੱਟੀ ਸੀ, ਉਦੋਂ ਮਹੀਨਾ ਹੋ ਗਿਆ ਪਹਿਲਾਂ ਟੁੱਟ ਗਈ ਸੀ ਜੀ। ਪਹਿਲਾਂ ਥੱਲੇ ਚੂਨਾ ਪਿਆ ਸੀ, ਬਾਅਦ ਸਰਪੰਚ ਸਾਹਿਬ ਨੇ ਭਰਤ ਪਵਾ ਕੇ ਉੱਪਰ। ਜਿਹੜੇ ਕਿੱਥੋਂ ਆਇਆ ਸੀ ਇਹ ਚੂਨਾ ਜੀ? ਸਾਡੇ ਪੇਪਰ ਮਿਲ ਦੇ ਵਿੱਚ ਆਉਂਦਾ ਜਿਹੜਾ ਉਹ ਚੂਨਾ ਸੀਗਾ ਜੀ। ਨਹੀਂ ਜੀ, ਇਹਦੀ ਰਿਪੇਅਰ ਤਾਂ ਹੋਣੀ ਚਾਹੀਦੀ। ਛੋਟੇ ਛੋਟੇ ਬੱਚੇ ਇੱਥੇ ਖੇਡਦੇ, ਲੋਕ ਘੁੰਮਣ ਆਉਂਦੇ ਜੀ, ਉਹਨਾਂ ਨੂੰ ਦਿੱਕਤ ਬਹੁਤ ਆਉਂਦੀ ਆ, ਉਹਦੇ ਵਿੱਚ ਡਿੱਗਣ ਦਾ ਵੀ ਖਤਰਾ ਬੱਚਿਆਂ ਨੂੰ। ਇਹਦੇ 'ਚ ਚੂਨਾ ਪਿਆ ਗਿਆ ਜੀ। ਸਰ ਚੂਨਾ ਕਿੱਥੋਂ ਦਾ ਇਹ? ਇਹ ਪੇਪਰ ਮਿਲ ਦਾ ਚੂਨਾ ਜਮਾਂ ਬਿਲਕੁਲ ਘਟ ਗਿਆ ਚੂਨਾ ਜੀ। ਇਹ ਮਕਾਨ ਦੇ ਵਿੱਚ ਵੀ ਪਾਉਂਦੇ ਤਾਂ ਉਹਦੀ ਵੀ ਨੀਆਂ ਗਾਲ ਦਿੰਦਾ ਇਹ। ਸਰ ਜਦੋਂ ਕਿੰਨਾ ਚਿਰ ਹੋ ਗਿਆ ਚੂਨਾ ਪਾਏ ਨੂੰ ਇਹਦੇ ਵਿੱਚ? ਇਹ ਜਦੋਂ ਤੋਂ ਬਣੀ ਆ ਸਰ ਜੀ, ਇਹ ਐਸੇ ਤੱਕ ਚੱਲੀ ਜਾਂਦੀ ਆ। ਕਲੀ ਤਾਂ ਹਾਂ, ਕਲੀ ਨਿਕਲ ਜੇ ਜਾਂ ਇਹਦੇ ਵਿੱਚੋਂ ਛੱਪੜ ਦੇ ਵਿੱਚੋਂ ਸਫਾਈ ਹੋ ਜੇ, ਛੱਪੜ ਦਾ ਛੱਪੜ ਹੀ ਆ ਜੀ, ਇਹਦੇ ਝੀਲ ਵਾਲੇ ਤਾਂ ਕੋਈ ਗੱਲ ਹੀ ਨਹੀਂ ਗੀ। ਚੂਨਾ ਹਟਾਉਣਾ ਚਾਹੀਦਾ, ਵਿੱਚੋਂ ਇਹਦੀ ਸਫਾਈ ਹੋ ਜੇ, ਮਜ਼ਬੂਤੀ ਹੋ ਜੇ ਇਹਦੇ 'ਚ। ਇਹਦੇ ਵਿੱਚ ਜਾਂ ਪੱਥਰ ਪੈ ਜੇ ਜਾਂ ਕੋਈ ਘੱਗਰ ਚੀਜ਼ ਪੈ ਜੇ, ਉਹ ਜੇ ਚੀਜ਼ ਪੈ ਜੇ, ਫਿਰ ਇਹ ਹਟੂਗੀ ਜੀ। ਉੱਧਰ ਦੂਜੇ ਪਾਸੇ ਮਿਲਦਾ ਮੈਨੇਜਰ ਆਪਣਾ ਪੱਲਾ ਝਾੜਦਾ ਦਿਖਾਈ ਦਿੱਤਾ। ਦੇਖੋ ਜੀ, ਸਾਂਝੀ ਜਬ ਟੰਕੀਆਂ ਬੈਠਣੇ ਕਾ ਕਾਰਨ ਹੈ ਉਹ ਤੋਂ ਹਮ ਨਹੀਂ ਬਤਾ ਸਕਤੇ, ਕਿਉਂਕਿ ਟੰਕੀ ਤੋਂ ਜਿਨ੍ਹਾਂ ਬਣਾਈ ਹੈ ਵਹੀ ਜਾਣੇ, ਔਰ ਉਹ ਉਨ੍ਹੀਂ ਕੀ ਆਪਣੀ ਹੀ ਅਰੇਂਜਮੈਂਟ ਹੈ, ਹਮਾਰਾ ਕੋਈ ਅਰੇਂਜਮੈਂਟ ਨਹੀਂ ਹੈ ਉਸਮੇ। ਹਮਾਰੇ ਯਹਾਂ ਸੇ ਚੂਨਾ ਚਾਹੇ ਰੁਪਾਨਾ ਕਾ ਝੀਲ ਵਾਲਾ ਏਰੀਆ ਹੋ ਜਾਂ ਗੁਰਦੁਆਰੇ ਵਾਲਾ ਏਰੀਆ ਹੋ, ਹਮ ਚੂਨਾ ਐਸੇ ਕਹੀਂ ਨਹੀਂ ਡਾਲਤੇ। ਜਬ ਤੱਕ ਹਮਾਰੇ ਪਾਸ ਰਾਈਟਿੰਗ ਮੇਂ ਕੋਈ ਨਹੀਂ ਦੇਗਾ, ਵੋ ਵੀ ਨੋਨ ਜੁਡੀਸ਼ਲ ਸਟੈਂਪ ਪੇਪਰ ਪਰ ਲਿਖ ਕੇ ਨਹੀਂ ਦੇਗਾ ਕਿ ਹਮਾਰੇ ਯਹਾਂ ਇਹ ਭਰਤ ਕਰ ਦੋ, ਤੋ ਹਮ ਆਪਣੇ ਠੇਕੇਦਾਰ ਕੋ ਬੋਲ ਦੇਤੇ ਹੈ ਕਿ ਯਹਾਂ ਪਰ ਜਾ ਕਰਕੇ ਭਰਤ ਕਰ ਦੋ। ਖੈਰ, ਮਾਮਲਾ ਜੋ ਵੀ ਹੋਵੇ, ਪਰ ਇਸ ਅਣਗਹਿਲੀ ਕਾਰਨ ਕਿਸੇ ਵੀ ਮੌਕੇ ਵੱਡਾ ਹਾਦਸਾ ਵਾਪਰ ਸਕਦਾ ਹੈ। ਸ੍ਰੀ ਮੁਕਤਸਰ ਸਾਹਿਬ ਤੋਂ ਏ ਐਸ ਸ਼ਾਂਤੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਜਨਵਰੀ 2020 ਦੇ ਦਾਖਲੇ ਖੁੱਲ ਚੁੱਕੇ ਹਨ। ਯੂ ਨੋ, SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।